ਜਨਕਰਾਜ ਥਾਣਾ ਮਕੇਰੀਆਂ, ਪੁਆਇੰਟ ਡਿਊਟੀ ਹੈਗੀ ਸਿਵਲ ਹਸਪਤਾਲ ਚੌਂਕ ਮਕੇਰੀਆਂ। ਠੀਕ ਹੈ। ਅਸੀਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ ਡਏ ਹਾਂ। ਜਿਹੜੇ ਲੋਕ ਬੇਸਮਝ ਆ ਉਹਨਾਂ ਨੂੰ ਵੀ ਸਮਝਾਉਂਦੇ ਹਾਂ ਵੀ ਆਪਣੇ ਘਰਾਂ 'ਚ ਰਹੋ, ਵੱਧ ਤੋਂ ਵੱਧ ਸਾਡੀ ਸਹਿਯੋਗ ਕਰੋ। ਕਰਦੇ ਪਏ, ਸਮਝਦੇ ਪਏ ਆ। ਠੀਕ ਹੈ। ਬਾਕੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਉਹ ਵੀ ਅਸੀਂ ਪੁੱਛਦੇ ਹਾਂ ਉਹਨਾਂ ਨੂੰ। ਫਿਲਹਾਲ ਦੀ ਘਰੀ ਜਿਹੜੇ ਇੱਥੇ ਕੋਈ ਦੁਕਾਨਾਂ ਜਾਂ ਕੀ ਅੱਜ ਖੁੱਲ੍ਹੇ ਨਾ, ਉੱਦਾਂ ਬੈਂਕ ਬੁੰਕ ਵਗੈਰਾ ਖੁੱਲ੍ਹੇ ਨਾ ਜਾਂ ਕੋਈ ਬੈਂਕ ਸਰ ਖੁੱਲ੍ਹੇ ਆ, ਮੈਡੀਕਲ ਸਟੋਰ ਵਗੈਰਾ ਹੋਰ, ਆਪਣੇ ਕਰਿਆਨਾ ਸਟੋਰ ਖੁੱਲ੍ਹੇ ਥੋੜ੍ਹੇ। ਠੀਕ ਹੈ। ਜਿਹਨਾਂ ਕੋਲ ਪਰਮਿਸ਼ਨ ਵਗੈਰਾ। ਠੀਕ ਹੈ। ਹਾਂਜੀ, ਹੋਮ ਡਿਲੀਵਰੀ ਕਰ ਰਹੇ ਆ ਉਹ। ਅਤੇ ਹੋਰ ਤੁਸੀਂ ਆਮ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੀ ਵਿਚਾਰੀ ਘਰਾਂ 'ਚ ਆ? ਸਾਡੀ ਅਪੀਲ ਇਹੀ ਆ ਵੀ ਬਿਨਾਂ ਵਜ੍ਹਾ ਨਾ ਘੁੰਮਣ ਜੀ। ਹਾਂ, ਜਿਹੜੀ ਕੋਈ ਦਵਾਈ ਦੀ ਵੀ ਆ ਉਹ ਵੀ ਡਿਲੀਵਰੀ ਉਹਨਾਂ ਦੀ ਉੱਥੇ ਹੀ ਜਾ ਰਹੀ ਹੈ, ਸਬਜ਼ੀ ਦੇ ਆਪਣੇ ਜੋ ਵੀ ਸਬਜ਼ੀ ਦੀਆਂ ਗੱਡੀਆਂ ਉਹ ਵੀ ਪਿੰਡਾਂ 'ਚ ਜਾ ਰਹੀਆਂ। ਠੀਕ ਹੈ। ਅਤੇ ਮਤਲਬ ਬਿਲਕੁਲ ਜੇ ਕਿਸੇ ਨੇ ਪ੍ਰੋਬਲਮ 'ਚ ਆਉਣਾ ਵੀ ਆ ਤਾਂ ਆਪਣੇ ਬਿਲਕੁਲ ਮੂੰਹਾਂ ਬੰਨ੍ਹ ਕੇ ਆਪਣਾ ਉੱਦਾਂ ਚੈਕਿੰਗ ਵਗੈਰਾ ਕਰਦੇ ਹੋ ਤੁਸੀਂ? ਹਾਂਜੀ ਕਰਦੇ ਸਰ। ਅਤੇ ਚੈਕਿੰਗ 'ਚ ਕੀ ਵੇਖਦੇ ਹੋ ਤੁਸੀਂ? ਸਰ ਅਸੀਂ ਇਹੀ ਦੇਖਦੇ ਹਾਂ ਵੀ ਕੋਈ ਕਿਸੇ ਕੰਮ ਨੂੰ ਤੁਰਿਆ, ਕੋਈ ਮੋੜੀ ਦਾ ਵਾਪਸ ਵੀ ਜਿਹਦਾ ਸਰ ਸਕਦਾ, ਚਲੋ ਆਪਣੇ ਘਰਾਂ 'ਚ ਬੈਠੋ, ਅੰਦਰ ਰਹੋ, ਸਾਫ਼ ਸੁਥਰਾ ਮਾਹੌਲ ਰੱਖੋ ਅਤੇ ਸਾਡਾ ਸਹਿਯੋਗ ਕਰੋ। ਦਿੰਦੇ ਵੀ ਆ ਕੁਛ, ਬੇਸਮਝ ਉਹਨਾਂ ਨੂੰ ਸਮਝਾਉਂਦੇ ਹਾਂ ਸਰ।